ਅੱਛਾ ਇੱਕ ਐਵੇਂ ਦੀ ਚੀਜ਼ ਦੱਸੋ ਜਿਹੜਾ ਆਦਮੀ ਖਰੀਦਦਾ ਪਰ ਪਾਉਂਦਾ ਨਹੀਂ, ਪਾਉਂਦਾ ਪਰ ਖਰੀਦਦਾ ਨਹੀਂ, ਪਾਉਂਦਾ ਪਰ ਖਰੀਦਦਾ ਨਹੀਂ, ਖਰੀਦਦਾ ਪਰ ਪਾਉਂਦਾ ਨਹੀਂ। ਅਕਬਰ ਨੇ ਬੀਰਬਲ ਨੂੰ ਕਿਹਾ ਕਿ ਦੀਵਾਰ ਤੇ ਕੁਝ ਐਦਾਂ ਦਾ ਲਿਖ ਕਿ ਜੇ ਮੈਂ ਖੁਸ਼ੀ 'ਚ ਪੜ੍ਹਾਂ ਤਾਂ ਮੈਨੂੰ ਗਮ ਹੋਵੇ, ਗਮ 'ਚ ਪੜ੍ਹਾਂ ਤਾਂ ਮੈਨੂੰ ਖੁਸ਼ੀ ਹੋਵੇ। ਇਹ ਤਾਂ ਬਹੁਤ ਈਜ਼ੀ ਹੈ। ਮੈਂ ਅਕਬਰ ਉਕਬਰ ਦਾ ਇੰਨਾ ਹਿਸਟਰੀ ਕਦੀ ਪੜ੍ਹੀ ਨਹੀਂ ਮੈਂ। ਜਵਾਨੀ 'ਚ ਹਰੀ ਹੁੰਦੀ ਹੈ ਤੇ ਬੁਢਾਪੇ 'ਚ ਲਾਲ ਹੁੰਦੀ ਹੈ। ਉਹਨੂੰ ਪੁੱਛੋ। ਕੋਈ ਐਦਾਂ ਦੀ ਚੀਜ਼ ਦੱਸੋ ਸਾਨੂੰ ਜਿਹੜਾ ਆਦਮੀ ਤਾਂ ਛੁਪਾ ਕੇ ਚੱਲਦਾ ਪਰ ਔਰਤ ਦਿਖਾ ਕੇ ਚੱਲਦੀ ਹੈ। ਆਦਮੀ ਛੁਪਾ ਕੇ ਚੱਲਦਾ, ਔਰਤ ਦਿਖਾ ਕੇ ਚੱਲਦੀ ਹੈ। ਆਦਮੀ ਛੁਪਾ ਕੇ ਚੱਲਦਾ, ਔਰਤ ਦਿਖਾ ਕੇ ਚੱਲਦੀ ਹੈ। ਆਦਮੀ ਛੁਪਾ ਕੇ ਚੱਲਦਾ, ਔਰਤ ਦਿਖਾ ਕੇ ਚੱਲਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਤਵਲੀਨ ਕੌਰ। ਅੱਜ ਅਸੀਂ ਇੱਕ ਵਾਰ ਫਿਰ ਲੋਕਾਂ ਨਾਲ ਗੱਲਬਾਤ ਕਰਾਂਗੇ। ਅੱਜ ਅਸੀਂ ਲੋਕਾਂ ਵਾਸਤੇ ਕੁਝ ਮਜ਼ੇਦਾਰ ਪਹੇਲੀਆਂ ਲੈ ਕੇ ਆਏ ਹਾਂ। ਦੇਖਦੇ ਹਾਂ ਕਿ ਉਹ ਇਹ ਪਹੇਲੀਆਂ ਨੂੰ ਸੁਲਝਾ ਪਾਉਂਦੇ ਨੇ ਜਾਂ ਨਹੀਂ। ਅੱਛਾ, ਅਸੀਂ ਹੁਣ ਤੁਹਾਨੂੰ ਇੱਕ ਪਹੇਲੀ ਪੁੱਛਾਂਗੇ, ਦੇਖਦੇ ਹਾਂ ਤੁਸੀਂ ਉਹਦਾ ਜਵਾਬ ਦੇ ਪਾਉਂਦੇ ਹੋ ਜਾਂ ਨਹੀਂ। ਕੋਈ ਇੱਦਾਂ ਦੀ ਚੀਜ਼ ਦੱਸੋ ਜਿਹੜਾ ਆਦਮੀ ਖਰੀਦਦਾ ਤਾਂ ਹੈ ਪਰ ਪਾਉਂਦਾ ਨਹੀਂ, ਔਰ ਜੇ ਪਾਉਂਦਾ ਤਾਂ ਖਰੀਦਦਾ ਨਹੀਂ। ਤੁਸੀਂ, ਤੁਹਾਨੂੰ ਕੋਈ ਆਈਡੀਆ ਹੋਵੇ? ਕਫਨ। ਸਹੀ ਹੈ, ਸਹੀ ਹੈ, ਬਿਲਕੁਲ ਸਹੀ ਹੈ। ਇੱਕ ਹੋਰ ਆਪਣੀ ਪਹਿਲੀ ਪੁੱਛਦੇ ਆ। ਅਕਬਰ ਨੇ ਬੀਰਬਲ ਨੂੰ ਕਿਹਾ ਕਿ ਦੀਵਾਰ 'ਤੇ ਕੁਛ ਇੱਦਾਂ ਦਾ ਲਿਖ ਕਿ ਅਗਰ ਮੈਂ ਗਮ 'ਚ ਪੜ੍ਹਾਂ ਤਾਂ ਮੈਨੂੰ ਖੁਸ਼ੀ ਹੋਏ ਅਤੇ ਖੁਸ਼ੀ 'ਚ ਪੜ੍ਹਾਂ ਤਾਂ ਮੈਨੂੰ ਗਮ ਹੋਏ। ਮਸ਼ਹੂਰ ਨਾ, ਇਹਦਾ ਨਹੀਂ ਪਤਾ ਹੈ। ਤੁਹਾਨੂੰ ਪਤਾ? ਕੋਈ ਗੈਸ? ਦੇਖਦੇ ਹੀ ਨਹੀਂ ਅਸੀਂ ਅਕਬਰ ਬੀਰਬਲ। ਨਹੀਂ, ਵੈਸੇ ਕੋਈ ਗੈਸ? ਓਏ ਉਦਾਂ ਜਨਰਲ ਯਾ ਨਹੀਂ। ਤੁਹਾਡੇ ਵਾਸਤੇ ਪਹਿਲੀ ਹੈਗੀ ਆ ਇੱਕ, ਇੱਦਾਂ ਦੀ ਇੱਕ ਚੀਜ਼ ਦੱਸੋ ਜਿਹੜਾ ਆਦਮੀ ਤਾਂ ਛੁਪਾ ਕੇ ਚੱਲਦਾ ਪਰ ਔਰਤ ਦਿਖਾਉਂਦੀ ਹੈ ਸਾਰਿਆਂ ਨੂੰ, ਪਰ ਦਿਖਾ ਕੇ ਚੱਲਦੀ ਹੈ। ਕੋਈ ਗੈਸ? ਦੁਬਾਰਾ ਦੱਸੋ ਇੱਕ ਵਾਰੀ। ਆਦਮੀ ਸਾਰਿਆਂ ਤੋਂ ਛੁਪਾ ਕੇ ਚੱਲਦਾ ਪਰ ਔਰਤ ਸਾਰਿਆਂ ਨੂੰ ਦਿਖਾ ਕੇ ਚੱਲਦੀ ਹੈ, ਇੱਦਾਂ ਦੀ ਕੋਈ ਚੀਜ਼। ਹਿੰਟ ਨਹੀਂ ਆ ਗਈ? ਹਿੰਦੀ ਮਤਲਬ ਹਿੰਟ। ਅੱਛਾ, ਹਿੰਟ ਨਹੀਂ। ਕੋਈ ਵੀ ਆਈਡੀਆ, ਥੋੜ੍ਹਾ ਬਹੁਤ ਆਈਡੀਆ ਹੋਵੇ ਇਸ ਬਾਰੇ? ਨਹੀਂ, ਕੋਈ ਆਈ ਨਹੀਂ ਰਿਹਾ ਗੈਸ ਵੀ, ਬਿਲਕੁਲ ਵੀ ਨਹੀਂ। ਤੁਹਾਨੂੰ ਪੁੱਛਾ ਇੱਕ ਪੂਰਾ ਕੁਐਸਚਨ ਨਹੀਂ, ਪਰ ਇਹਦਾ ਜਵਾਬ ਪਤਾ ਤੁਹਾਨੂੰ? ਐਸਾ ਨਹੀਂ ਪਤਾ ਜੀ। ਅਕਬਰ ਨੇ ਬੀਰਬਲ ਨੂੰ ਕਿਹਾ ਕਿ ਦੀਵਾਰ 'ਤੇ ਕੁਛ ਇੱਦਾਂ ਦਾ ਲਿਖ ਕਿ ਅਗਰ ਮੈਂ ਗਮ 'ਚ ਪੜ੍ਹਾਂ ਤਾਂ ਮੈਨੂੰ ਖੁਸ਼ੀ ਹੋਵੇ, ਖੁਸ਼ੀ 'ਚ ਪੜ੍ਹਾਂ ਤਾਂ ਮੈਨੂੰ ਗਮ ਹੋਵੇ। ਤੁਸੀਂ ਕੋਈ ਗੈਸ ਤਾਂ ਮਾਰ ਦਿਓ, ਕੋਈ ਦੂਸਰੀ ਚੀਜ਼ ਪੁੱਛ ਲਓ। ਸਿੰਪਲ, ਇਹ ਜ਼ਿਆਦਾ ਔਖੀ ਹੈ। ਸਿੰਪਲ ਹੀ ਹੈ ਵੈਸੇ ਤਾਂ, ਬਹੁਤ ਸਿੰਪਲ ਹੈ ਇਹ। ਆ ਹੀ ਨਹੀਂ ਰਿਹਾ ਸਮਝ। ਕੋਈ ਹੋਰ ਪੁੱਛ ਲਓ। ਤੁਹਾਨੂੰ ਕੋਈ ਗੈਸ? ਤੁਸੀਂ ਕੋਈ ਗੈਸ ਕਰਨਾ? ਕੋਈ ਵੀ ਆਈਡੀਆ ਨਹੀਂ ਹੈਗਾ। ਇੱਕ ਐਵੇਂ ਦੀ ਚੀਜ਼ ਦੱਸੋ ਜਿਹੜਾ ਆਦਮੀ ਤਾਂ ਛੁਪਾ ਕੇ ਚੱਲਦਾ ਪਰ ਔਰਤ ਦਿਖਾ ਕੇ ਚੱਲਦੀ ਹੈ। ਸੋਚੋ, ਇੰਟਰਸਟਿੰਗ ਹੈ ਕਾਫੀ। ਕੋਈ ਆਈਡੀਆ, ਗੈਸ? ਕੋਈ ਵੀ ਨਹੀਂ। ਤੁਸੀਂ ਕੁਝ ਦੱਸਣਾ ਚਾਹੋਗੇ ਇਹਦੇ ਬਾਰੇ? ਆਨਸਰ, ਅੱਜ ਦੀ ਲੇਡੀ ਆਪਣਾ ਸਰੀਰ ਦਿਖਾ ਕੇ ਚੱਲਦੀ ਹੈ ਜਬਕਿ ਬੰਦਾ ਛੁਪਾ ਕੇ ਚੱਲਦਾ। ਨਹੀਂ, ਇਹਦਾ ਕਰੈਕਟ ਆਨਸਰ ਹੈਗਾ ਪਰਸ। ਪਰਸ ਵੀ ਆਦਮੀ ਆਪਣੀ ਪੋਕਿਟ 'ਚ ਪਾ ਕੇ ਚੱਲਦਾ ਤੇ ਜਨਾਨੀ ਵਿਖਾ ਕੇ ਚੱਲਦੀ ਹੈ। ਹਾਂਜੀ। ਇੱਕ ਹੋਰ ਪਹੇਲੀ ਹੈਗੀ ਤੁਹਾਡੇ ਵਾਸਤੇ ਕਿ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਦੀਵਾਰ 'ਤੇ ਕੁਛ ਇੱਦਾਂ ਦਾ ਲਿਖ ਕਿ ਅਗਰ ਮੈਂ ਗਮ 'ਚ ਪੜ੍ਹਾਂ ਤਾਂ ਮੈਨੂੰ ਖੁਸ਼ੀ ਹੋਵੇ, ਜੇ ਖੁਸ਼ੀ 'ਚ ਪੜ੍ਹਾਂ ਤਾਂ ਮੈਨੂੰ ਗਮ ਹੋਵੇ। ਨਹੀਂ ਪਤਾ। ਕੋਈ ਗੈਸ? ਲਾਈਫ ਗੋਜ਼ ਔਨ। ਲਾਈਫ ਗੋਜ਼ ਔਨ, ਰਾਈਟ। ਕੋਈ ਐਦਾਂ ਦੀ ਚੀਜ਼ ਦੱਸੋ ਜਿਹੜੀ ਜਵਾਨੀ 'ਚ ਹਰੀ ਹੁੰਦੀ ਹੈ ਪਰ ਬੁਢਾਪੇ 'ਚ ਲਾਲ ਹੁੰਦੀ ਹੈ। ਹੋਰ ਹੀ ਜਵਾਬ ਆਈ ਜਾਂਦਾ। ਜਵਾਨੀ 'ਚ ਹਰੀ ਹੁੰਦੀ ਹੈ ਜੀ ਤੇ ਬੁਢਾਪੇ 'ਚ ਲਾਲ। ਨੋ ਆਈਡੀਆ। ਕੋਈ ਗੈਸ? ਗੈਸ ਨੋ ਜੀ। ਹੁਣ ਲਾਲ ਤੋਂ ਤਾਂ ਇੱਕੋ ਚੀਜ਼ ਯਾਦ ਆਈ ਜਾਂਦੀ ਹੈ। ਨਹੀਂ ਜੀ, ਕੋਈ ਹੋਰ ਪੁੱਛ ਲਓ। ਕੋਈ ਹੋਰ ਐਦਾਂ ਦੀ ਕੋਈ ਚੀਜ਼ ਦੱਸੋ ਜਿਹੜਾ ਆਦਮੀ ਤਾਂ ਦਿਖਾ ਛੁਪਾ ਕੇ ਤੁਰਦਾ ਪਰ ਔਰਤ ਦਿਖਾ ਕੇ ਤੁਰਦੀ ਹੈ। ਇਹ ਵੀ ਸੁਣਿਆ ਹੋਇਆ ਵਾ। ਆਦਮੀ ਦਿਖਾ ਕੇ ਤੁਰਦਾ ਤੇ ਔਰਤ ਲੁਕੋ ਕੇ। ਦਿਮਾਗ। ਤੁਸੀਂ ਕਹਿਣਾ ਕਿ ਤੁਹਾਨੂੰ ਕੋਈ ਔਰਤਾਂ ਕੋਲ ਦਿਮਾਗ?
अकबर ने बीरबल नु कहा कि दीवार ते कुछ ऐसा लिख कि अगर मैं गम च पड़ा तो मैनू खुशी होई, खुशी च पड़ा तो मैनू गम होए। बोलो भी, बोलो मेरे जूनियर। पता नहीं ये गल ही नहीं हुई अकबर ने कदम। कोई गैस तो मार दो, कोई गैस की लिखा होना दस दे कुछ भी। सहेली सुहली का नाम लिखा होना, बाद चो कहता होना मेरी भैन है, फिर दुखी हो गया। नहीं एक चीज लिखी है ना, पता नहीं, नो आइडिया। अच्छा एक ऐवें दी चीज़ दसो जिहड़ा आदमी खरीददा पर पांदा नहीं, पांदा पर खरीददा नहीं। पांदा पर खरीददा नहीं, खरीददा पर पांदा नहीं। बहुत इंटरेस्टिंग है, बहुत इंटरेस्टिंग है। कदे तुहानू कोई आंसर पता, एदा आंसर पता होवे। ऐसा कपड़े ले ला खरीदी जाने, पांदे है नहीं है, जदों पाण दी वारी आंदी उदों पहिंदे नहीं, ओह छोटे हो जांदे आ। अच्छा एक होर तुहानू ईजी पूछ लैनी आ, कोई ऐदां दी चीज़ जिहनू आपां कैंची नाल कट नहीं सकदे, ते जब पानी च पाईए तां ओह गिल्ली वी नहीं हुंदी। कैंची नाल कटीए तां कटदी नहीं, ते ओह कदे साथ वी नहीं छड्दी साडा, ते ना आपां ओह तों आपणा पिछा छुड़ा सकदे कदे। किद्दां किद्दां, दुबारा रिपीट करियो। कोई ऐदां दी चीज़ जी ना जिहड़ा मतलब जिहड़ी साडे नाल रहिंदी आ हमेशा, साडे तों कदे दूर नहीं हुंदी, ਜਿਹਨੂੰ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵੀ ਦੂਰ ਨਹੀਂ ਹੁੰਦੀ, ਜੇ ਉਹਨੂੰ ਆਪਾਂ ਕੈਂਚੀ ਨਾਲ ਕੱਟੀਏ ਤਾਂ ਵੀ ਨਹੀਂ, ਜੇ ਆਪਾਂ ਨੂੰ ਪਾਣੀ ਤੇ ਕੁਝ ਵੀ ਹੋ ਸਕਦਾ, ਰਿਸ਼ਤੇ ਵੀ ਹੋ ਸਕਦੇ ਆ, ਰਿਸ਼ਤੇ ਇੱਕ ਟਾਈਮ ਤੋਂ ਛੁੱਟ ਜਾਂਦੇ ਆ। ਆ ਬਟ ਸਹੀ ਹੈ, ਬਟ ਫਿਰ ਵੀ ਕਈ ਵਾਰ ਹੁੰਦਾ ਜਿਵੇਂ ਨਹੀਂ ਨਹੀਂ ਉਹ ਛੁੱਟ ਜਾਂਦੇ ਇੱਕ ਟਾਈਮ ਤੋਂ ਬਾਅਦ। ਹੋਰ ਜਨਰਲ ਨੋਲੇਜ ਕਦੇ ਹਾਈ ਕਰ ਲੈ, ਆਮ ਖਾਤੇ ਦਾ ਬੜੇ ਨੇ ਪਰ ਜਨਰਲ ਨੋਲੇਜ ਹਾਈ ਤਾਂ ਨਹੀਂ ਹੋਈ। ਕੋਈ ਇੱਧਰ ਇੱਕ ਚੀਜ਼ ਦੱਸ ਦੋ ਕੁਛ, नहीं बिलकुल भी नहीं। आदमी तो कुछ नहीं छुपा के चलता मैं। हाँ। आदमी कपड़े छुपा के चलता है, तुम ये कहना चाह रहे हो? कुछ भी नहीं छुपा के चलता, आगे चल रहा है, कुछ छुपा के चल रही है, नॉर्मल चल रहे हैं अपन। कुछ तो है राज, कोई और गैस जी, मैं कपड़े गैस मारे और कुछ गैस। आदमी मैं अकॉर्डिंग टू मी कुछ नहीं छुपा के चलता, ਅਸੀਂ ਨੋਰਮਲ ਚਲਦੇ ਆ ਆਪਣਾ, ਕੁਝ ਛੁਪਾ ਕੇ ਤਾਂ ਕੁਝ ਹੈਗਾ ਤਾਂ ਸ਼ੋ ਕਰ ਦਿੰਦੇ ਬੰਦੇ ਨੇ, ਕਹਿੰਦਾ ਨਹੀਂ ਹੈਗਾ ਤਾਂ ਨਹੀਂ ਹੈਗਾ, ਇਹ ਚ ਕੀ ਗਾ ਤੁਸੀਂ ਦੱਸ ਦਿਓ। ਪਰਸ। ਅੱਛਾ ਇੱਕ ਹੋਰ ਪਹੇਲੀ ਹੈ ਤੁਹਾਡੇ ਵਾਸਤੇ, ਇੰਟਰਸਟਿੰਗ ਹੈ ਕਿ ਐਵੇਂ ਦੀ ਇੱਕ ਚੀਜ਼ ਦੱਸੋ ਜਿਹੜੀ ਜਵਾਨੀ 'ਚ ਹਰੀ ਹੁੰਦੀ ਹੈ ਪਰ ਬੁਢਾਪੇ 'ਚ ਲਾਲ ਹੁੰਦੀ ਹੈ। ਜਵਾਨੀ 'ਚ ਹਰੀ ਹੁੰਦੀ ਹੈ, ਬੁਢਾਪੇ 'ਚ ਲਾਲ ਹੁੰਦੀ ਹੈ। ਹਰੀ ਬੁਢਾਪੇ 'ਚ ਲਾਲ, ਗਰਾਸ, ਗਰਾਸ ਜਦੋਂ ਪੀਕ ਤੇ ਹੁੰਦੀ ਹੈ ਉਹ ਵਧੀਆ ਗ੍ਰੀਨ ਦੇ, ਜਦ ਟਾਈਮ ਪਾ ਕੇ ਉਹ ਮੁੜ ਜਾ ਜਾਂਦੀ ਹੈ, ਫਿਰ ਉਹ ਰੈੱਡ ਹੋ ਕੇ ਖਤਮ ਹੋ ਜਾਂਦੀ, ਰੈੱਡ ਨਹੀਂ ਨਾ ਹੁੰਦੀ, ਉਹ ਯੈਲੋ ਹੁੰਦੀ ਹੈ ਜਾਂ ਔਰੇਂਜ ਹੁੰਦੀ ਹੈ। ਓਕੇ ਓਕੇ, ਜਵਾਨੀ 'ਚ ਹਰੀ ਹੁੰਦੀ ਹੈ, ਜਵਾਨੀ 'ਚ ਹਰੀ, ਹਰੀ ਚੀਜ਼ ਬੁਢਾਪੇ 'ਚ ਰੈੱਡ ਹੈ ਨਾ। ਹਰੀ ਮਿਰਚ ਐਨ ਆਨਸਰ। ਓਕੇ ਇੱਕ ਹੋਰ ਪੁੱਛਣਾ, ਪੁੱਛ ਲਓ ਅਤੇ ਇੱਕ ਇੱਦਾਂ ਦੀ ਚੀਜ਼ ਦੱਸੋ ਜਿਹੜੀ ਆਦਮੀ ਖਰੀਦਦਾ ਪਰ ਪਾਉਂਦਾ ਨਹੀਂ, ਜੇ ਪਾਉਂਦਾ ਤਾਂ ਖਰੀਦਦਾ ਨਹੀਂ, ਜੇ ਪਾਉਂਦਾ ਤਾਂ ਖਰੀਦਦਾ ਨਹੀਂ, ਜੇ ਖਰੀਦਦਾ ਤਾਂ ਪਾਉਂਦਾ ਨਹੀਂ। ਆਦਮੀ ਜੇ ਖਰੀਦਦਾ ਤਾਂ ਪਾਉਂਦਾ ਨਹੀਂ, ਜੇ ਪਾਉਂਦਾ ਤਾਂ ਖਰੀਦਦਾ ਨਹੀਂ। ਜਿਹੜੀ ਚੀਜ਼ ਖਰੀਦਦਾ ਉਹ ਪਾਉਂਦਾ ਨਹੀਂ, ਤੇ ਜਿਹੜੀ ਪਾਉਂਦਾ ਉਹ ਖਰੀਦਦਾ ਨਹੀਂ।
खरीद के नहीं पाते हो पाई चीज यार दा की भाई। तो लिख लास्ट पहली पूछ दिया बहुत इजी है। अकबर ने बीरबल नु कहा कि दीवार ते कुछ ऐदा लिख कि जे मैं खुशी च पढ़ा तो मैं गम होवे, गम च पढ़ा तो मैं खुशी होवे। ये तो बहुत इजी है। मैं अकबर उकबर दा इन्ना हिस्ट्री कभी पढ़ी नहीं मैम। स्कूल से पढ़े ही है? नहीं तो कभी पढ़े ही नहीं स्कूल च। तुम्हारे सारे वास्ते एक पहेली हैगी है, देख रहे हो कौन सुलझा पांदा है चारों चो। पहेली सहेली नहीं पहेली। अच्छा ते इन्हां नु पूछो मेरा दिमाग नहीं चलदा। हां चलो स्टार्ट करो। इधर आ ਤੁਸੀਂ ਪਹਿਲੀ ਕਹਿ ਰਹੇ ਹੋ ਕਿ ਤੁਹਾਡੇ ਕੋਲ ਦਿਮਾਗ ਨਹੀਂ ਹੈਗਾ? ਨਹੀਂ ਨਹੀਂ ਹੈਗਾ, ਗੋਡੇ ਪਾਟੇ ਹੋਏ ਨਾ ਬਾਹਰ ਡਿੱਗ ਗਿਆ, ਐਕਸੀਡੈਂਟ ਹੋ ਗਿਆ ਤਾਂ ਦਿਮਾਗ ਹੀ ਲੱਗਦਾ। ਚਲੋ ਅੱਛਾ ਇੱਕ ਪਹਿਲੀ ਹੈ, ਐਵੇਂ ਦੀ ਇੱਕ ਚੀਜ਼ ਦੱਸੋ ਜਿਹੜੀ ਜਵਾਨੀ 'ਚ ਹਰੀ ਹੁੰਦੀ ਹੈ ਪਰ ਬੁਢਾਪੇ 'ਚ ਲਾਲ ਹੁੰਦੀ ਹੈ। ਜਵਾਨੀ 'ਚ ਲਾਲ ਅਤੇ ਬੁਢਾਪੇ 'ਚ ਹਰੀ? ਨਹੀਂ ਜਵਾਨੀ 'ਚ ਹਰੀ ਹੁੰਦੀ ਹੈ ਅਤੇ ਬੁਢਾਪੇ 'ਚ ਲਾਲ ਹੁੰਦੀ ਹੈ। ਉਹਨੂੰ ਪੁੱਛੋ ਕਿਉਂ ਸਦਾ ਜਾ ਯਾਰ ਮੇਰੇ ਹਿਸਾਬ ਨਾਲ ਅਜੇ ਐਕਚੁਅਲੀ ਸਾਡੇ ਤਾਂ ਯੰਗੇ ਜਾਂ ਸੰਤ ਮਤਲਬ ਬੁਢਾਪਾ ਹੋਗਾ ਦੱਸਦਾ ਦੱਸਾਂਗੇ ਤੁਹਾਨੂੰ ਥੋੜਾ ਬੁਢਾਪਾ ਕੋਈ ਸੁਜੈਸ਼ਨ ਦੋ ਮਾੜੀ ਮੋਟੀ ਕੁਛ। ਨਹੀਂ ਸੁਜੈਸ਼ਨ ਨਹੀਂ ਹੈ, ਬੜਾ ਪਹੇਲੀ ਆ ਪਹੇਲੀ। ਕੁਛ ਹੋਰ ਪੁੱਛ ਲਓ, ਪਹਿਲੇ ਇਹਦਾ ਤਾਂ ਜਵਾਬ ਦਿਓ ਫਿਰ ਹੋਰ ਵੀ ਪੁੱਛ ਲੈਂਦੇ ਆ। ਉਹਦਾ ਜਵਾਬ ਹੀ ਆਈ ਪਤਾ ਹੀ ਨਹੀਂ ਸਾਡੇ ਉਹਦਾ ਜਵਾਬ ਆ ਜੀ। ਕੋਈ ਗੈਸ? ਹਾਂਜੀ ਕੋਈ ਗੈਸ? ਗੈਸ ਆਹੀ ਆ ਵੀ ਟ੍ਰੀ ਮਿਰਚ ਮਿਰਚ ਸਹੀ ਹੈ। अगली पहेली है, अकबर ने बीरबल नु क्या कि दीवार से कुछ ऐदा लिख कि अगर मैं गम से पढ़ा मैनू खुशी होए, खुशी से पढ़ा तो मैनू गम होए। समा बीत जूगा। समा बीत की ਜਿਹੜੀ ਆਦਮੀ ਦਾ ਛੁਪਾ ਕੇ ਚੱਲਦਾ ਪਰ ਔਰਤ ਦਿਖਾ ਕੇ ਚੱਲਦੀ ਹੈ। ਬਹੁਤ ਹੀ ਮਜ਼ਾ ਆਇਆ। ਕਈ ਲੋਕਾਂ ਨੇ ਤਾਂ ਬਹੁਤ ਵਧੀਆ ਤਰੀਕੇ ਜਵਾਬ ਦਿੱਤੇ ਪਰ ਕਈ ਲੋਕ ਇਹਨਾਂ ਪਹੇਲੀਆਂ ਦਾ ਜਵਾਬ ਨਹੀਂ ਦੇ ਪਾਏ। ਪਰ ਜੇਕਰ ਤੁਸੀਂ ਵੀ ਏਦਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਸਾਡੇ ਨਾਲ ਬਣੇ ਰਹੋ। ਮੈਂ ਤਵਲੀਨ ਕੌਰ ਕੈਮਰਾਮੈਨ ਕੁਲਵੰਤ ਸਿੰਘ ਦੇ ਨਾਲ ਲੁਧਿਆਣਾ ਲਾਈਵ ਤੋਂ।